संगरूर के गांव बक्शीवाला से नौजवान मक्खन सिंह, जो पिछले 5 साल से साइप्रस में कमाई करने गया हुआ था, वहां उसकी भेद भरे हालातों में मौत हो गई। इधर गांव में परिवार का रो रो कर बुरा हाल हुआ। उन्होंने कहा कि उनके बच्चे की डेड बॉडी उन्हें ला कर दी जाए ताकि वो अपने हाथों से उसका अंतिम संस्कार कर सके। मक्खन सिंह के माँ बाप ने बताया कि उन्होंने पिछले 5 साल से अपने बेटे को अपना घर बार बेचकर साइप्रस कमाई करने के लिए भेजा था। पहले सब ठीक था, लेकिन कोरोना होने के चलते उसे काम मिलना बंद हो गया, जिसके कारण उनका बेटा लगातार टेंशन में रहता था। उन्होंने कहा कि उनकी उनसे बातचीत भी होती थी, पर कभी उनके बेटे ने अपना दुखड़ा नहीं सुनाया, लेकिन वे टेंशन लेता रहा और कहता था कि उसके कारण घर बिक गया है और अब वे घर बनवा कर देगा। तो वही परिवार ने भी मुख्यमंत्री से अपील की है कि उनके बच्चे की लाश उन्हें वहां से लाकर दी जाए। साथ ही सरकार से उन्होंने गुहार लगाई है कि उनकी मदद की जाए, क्योंकि अब उनका कोई भी सहारा नहीं है। 30 साल की उम्र से 5 साल 6 साल हो गए जी गए नो। ਉਹਦੀ ਬਹੁਤ ਸੋਹਣੀ ਗੱਲ ਵੀ ਕਰਦਾ ਰਿਹਾ, ਬਸ ਆਹ ਲੋਕਡਾਊਨ ਕਰਕੇ ਉਹਦੇ ਵਿੱਚ ਦੀ ਕੰਮ ਖੜਦਾ ਰਿਹਾ ਜੀ। ਟੈਕਸ਼ਨ ਜੀ ਲੈ ਲਿਆ, ਘਰ ਵੇਚ ਕੇ ਜੀ ਅਸੀਂ ਤਾਂ ਫਿਰ ਤੋਰਿਆ ਸੀਗਾ। ਅਸੀਂ ਤਾਂ ਛੱਤ ਵੀ ਨਹੀਂ ਹੈਗੀ ਜੀ ਸਾਡੇ ਕੋਲ, ਅੱਜ ਅਸੀਂ ਬਹੁਤ ਸਾਡੇ ਕਰਕੇ ਟੈਕਸ਼ਨ ਵਾਲੀ ਲੈ ਗਿਆ ਜੀ। ਵੀ ਮੰਮੀ ਮੈਂ ਤੁਹਾਡਾ ਘਰ ਪੱਕਿਆ ਤਾਂ ਬਿੱਲ ਦੇ ਕੇ ਤਾਂ ਕੀ ਦਿੰਦੀ, ਵੀ ਮੇਰਾ ਕੰਮ ਨਹੀਂ ਚੱਲ ਰਿਹਾ, ਵੀ ਮੈਂ ਫਿਰ ਦਊਂਗਾ ਤੁਹਾਨੂੰ ਛੱਤ ਲੈ ਕੇ। ਟੈਕਸ਼ਨ ਦੇ ਵਿੱਚ ਜੀ ਪਤਾ ਨਹੀਂ ਉਹਦੇ ਨਾਲ ਕੀ ਬਣਿਆ ਜੀ ਕੀ ਨਾ ਬਣਿਆ। ਅੱਜ ਅਸੀਂ ਜੀ ਕਿਰਾਏ 'ਤੇ ਬੈਠੇ ਹਾਂ, ਕਿਰਾਏ ਵਾਲੇ ਵੀ ਸਾਨੂੰ ਕੱਢ ਰਹੇ ਨੇ ਜੀ, ਬਾਹਰੋਂ ਸਮਾਨ ਸਾਰਾ ਕੱਢਿਆ ਪਿਆ ਜੀ ਕਿਰਾਏ ਵਾਲੇ ਦਾ ਬਾਰੇ। ਅੱਜ ਸਾਡਾ ਕੋਈ ਲੈ ਜੀ, ਸਾਨੂੰ ਮਦਦ ਕਰਾਉਣੀ ਚਾਹੀਦੀ ਹੈ ਜੀ, ਸਾਨੂੰ ਸਾਡਾ ਬੱਚਾ ਇੱਥੇ ਆਉਣਾ ਚਾਹੀਦਾ ਜੀ, ਸਾਡੇ ਕੋਲ ਕੁਛ ਨਹੀਂ ਜੀ ਲਿਆਉਣ ਨੂੰ, ਸਾਡੀ ਸਰਕਾਰ ਮਦਦ ਕਰੇ ਜੀ, ਸਾਡੇ ਬੱਚੇ ਦਾ ਅਸੀਂ ਆਪਦੇ ਹੱਥੀਂ ਸੰਸਕਾਰ ਕਰੀਏ ਜੀ। ਅਸੀਂ ਮੂੰਹ ਦੇਖ ਸਕਦੇ ਹਾਂ ਜੀ, ਅਸੀਂ ਉਹਦੀ ਰੂਹ ਨੂੰ ਤੜਫ ਰਹੇ ਹਾਂ ਜੀ, ਸਾਡਾ ਬੱਚਾ ਸਾਡੇ ਕੋਲ ਆਉਣਾ ਚਾਹੀਦਾ, ਜਿਹੜੇ ਅਸੀਂ ਆਪਦੇ ਹੱਥ ਨਾਲ ਸੰਸਕਾਰ ਕਰ ਦਈਏ ਅਤੇ ਮੂੰਹ ਦੇਖ ਲਈਏ ਜੀ ਉਹਦਾ ਜਾਂਦੀ ਵਾਰੀ ਦਾ। ਇੰਨੀ ਮੇਰੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਸਰਕਾਰ ਨੂੰ ਕਹਿਣਾ ਚਾਹੀਦਾ ਜੀ, ਇੱਕ ਸਾਨੂੰ ਛੱਤ ਦੇਣੀ ਚਾਹੀਦੀ, ਇੱਕ ਸਾਡਾ ਬੱਚਾ ਸਾਡੇ ਕੋਲ ਆਉਣਾ ਚਾਹੀਦਾ ਜੀ, ਅਸੀਂ ਆਪਦੇ ਹੱਥੀਂ ਸੰਸਕਾਰ ਕਰੀਏ ਜੀ ਉਹਦਾ। ਸਾਡੇ ਕੋਲ ਹੈ ਨਹੀਂ ਜੀ, ਅੱਜ ਇੱਕ ਡੰਗ ਦੀ ਰੋਟੀ ਵੀ ਨਹੀਂ ਸਾਡੇ ਕੋਲ ਜੀ, ਸਾਡੇ ਗੁਆਂਢੀ ਰੋਟੀ ਪਕਾ ਕੇ ਦੇ ਰਹੇ ਨੇ ਸਾਨੂੰ ਅੱਜ। ਇਹ ਮਕਾਨ ਵੀ ਤੁਹਾਡਾ? ਸਾਡੇ ਮਕਾਨ ਹੈ ਨਹੀਂ ਜੀ, ਇਸ ਤਾਂ ਛੱਤ ਵੀ ਸਭ ਕੁਛ ਨਹੀਂ ਜੀ ਸਾਡੇ ਕੋਲ, ਅਸੀਂ ਤਾਂ ਕਿਰਾਏ 'ਤੇ ਬੈਠੇ ਜੀ, ਕਿਰਾਏ ਵਾਲੇ ਨੇ ਵੀ ਸਮਾਨ ਹੋ ਗਿਆ ਪਿਆ ਜੀ, ਬਾਹਰੇ ਕੱਢਿਆ ਛੱਤ ਬਾਹਰੇ ਡਿੱਗੀ ਪਈ ਹੈ ਜੀ, ਇਸ 'ਤੇ ਸਮਾਨ ਡਿੱਗਿਆ ਪਿਆ, ਕੁਛ ਨਹੀਂ ਜੀ ਹੈਗਾ ਸਾਡੇ ਕੋਲ। ਆਹ ਬੇਟਾ ਸੀਗਾ ਜੀ, ਇਹ ਮੱਚ ਗਿਆ ਜੀ, ਇਹ ਬੇਰੁਜ਼ਗਾਰ ਹੋ ਰਿਹਾ ਜੀ, ਇਹਦੀ ਵੀ ਨਹੀਂ ਸਹਾਇਤਾ ਸਾਨੂੰ, ਉਸੇ ਦੀ ਸਹਾਇਤਾ ਤੀ ਸਾਨੂੰ, ਸਾਨੂੰ ਸਰਕਾਰ ਤੋਂ ਮਦਦ ਮੰਗਦੇ ਹਾਂ ਜੀ। ਇੱਕ ਸਾਡਾ ਬੇਟਾ ਇੱਥੇ ਆਉਣਾ ਚਾਹੀਦਾ ਜੀ, ਇੱਕ ਸਾਨੂੰ ਛੱਤ ਦਵਾ ਦੇ ਜੀ, ਸਰਕਾਰ ਸਾਨੂੰ ਘਰ ਮਕਾਨ ਦਵਾਵੇ ਜੀ, ਸਾਡੀ ਜਿੰਨੀ ਵੀ ਮਦਦ ਹੁੰਦੀ ਹੈ ਸਰਕਾਰ ਸਾਡੀ ਮਦਦ ਕਰੇ ਜੀ। ਹੁਣ ਤਾਂ ਕੋਈ ਪਹੁੰਚਿਆ ਨਹੀਂ ਸਰਕਾਰ ਦਾ? ਕੋਈ ਨਹੀਂ ਪਹੁੰਚਿਆ ਜੀ, ਅਮਨ ਕੋਲ ਗਏ ਸੀਗੇ ਜੀ, ਉਹ ਵੀ ਕੋਈ ਉਹ ਨਹੀਂ ਕੀਤਾ ਜੀ, ਅਸੀਂ ਸੀ ਐਡ ਆਈ ਪਤਾ ਸੀ ਕੀ ਉਹਦਾ ਨਾਂ ਸੀ ਅਫਸਰ ਕੋਲ ਗਏ ਤੇ
ਡੀਐਮ ਕੋਲ ਜੀ ਡੀਐਮ ਕੋਲ ਕੀ ਉਹਨੇ ਵੀ ਨਹੀਂ ਕੋਈ ਉਹ ਕੀਤਾ ਜੀ ਫੋਨ ਤਾਂ ਕਰ ਲੈਂਦਾ ਜੀ ਪਰ ਸਾਨੂੰ ਨੀ ਦੱਸਦਾ ਜੀ ਮੈਂ ਇੰਨੀ ਟੈਕਸ਼ਨ ਦੇ ਵਿੱਚ ਆ ਸਾਨੂੰ ਜਿਹੜੇ ਮੁੰਡੇ ਨਾਲ ਗੱਲ ਕਰਾਉਣ ਦਾ ਸੀ ਉਹ ਕਹਿੰਦੇ ਸੀ ਬੀਬੀ ਟੈਕਸ਼ਨ ਦੇ ਵਿੱਚ ਆ ਜਾਂਦਾ ਮੈਂ ਬੇਟੇ ਟੈਕਸ਼ਨ ਤਾਂ ਹੋਣੀ ਓ ਐ ਮੈਂ ਸਾਡੇ ਕੋਲ ਕੁਛ ਨਹੀਂ ਰਿਹਾ ਉਹ ਸਾਡੀ ਟੈਕਸ਼ਨ ਲੈ ਜਾਂਦਾ ਸੀਗਾ ਜੀ ਇਹ ਕਦੋਂ ਘਟਨਾ ਕਦੋਂ ਹੋਈ ਹੈ ਇਹ ਘਟਨਾ ਐਤਵਾਰ ਨੂੰ 16 ਤਰੀਕ ਨੂੰ ਹੁੰਦੀ ਹੈ ਜੀ ਇਹ 16 ਤਰੀਕ ਨੂੰ 5 ਵਜੇ ਮੇਰੇ ਕੋਲ ਫੋਨ ਆਇਆ ਜੀ ਸੋ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਸਾਨੂੰ ਕੁਛ ਨਹੀਂ ਦੱਸਦਾ ਸੀਗਾ ਜੀ ਸਾਨੂੰ ਤਾਂ ਸਾਹਸ ਨਹੀਂ ਦਿੰਦਾ ਸੀ ਵੀ ਮੈਂ ਟੈਕਸ਼ਨ ਲੈਣਾ ਸਾਨੂੰ ਨਹੀਂ ਕਹਿੰਦਾ ਸੀਗਾ ਜੀ ਕੁਛ ਉਹਨਾਂ ਨੂੰ ਆਏ ਮੇਰੇ ਮਾਂ ਬਾਪਾਂ 'ਤੇ ਟੈਕਸ਼ਨ ਨਾ ਪਏ ਜੀ ਸਾਨੂੰ ਨਹੀਂ ਦੱਸਦਾ ਸੀ ਕੋਈ ਗੱਲ ਆਪਦੀ ਵੀ ਨਾ ਸਾਨੂੰ ਕਹਿੰਦਾ ਸੀ ਕੁਛ ਪਾਣੀ ਦਾ ਨਹੀਂ ਕੋਈ ਪਤਾ ਲੱਗਾ ਜੀ ਬਸ ਮੈਂ ਤਾਂ ਜਦੋਂ ਭੇਜਿਆ ਘਰ ਬਾਰ ਵੇਚ ਕੇ ਭੇਜਤਾ ਵਧੀਆ ਉੱਥੇ ਉਹ ਕਰਦਾ ਸੀ ਪਰ ਹੁਣ ਜਦੋਂ ਉਹ ਘਰ ਬਾਰ ਵੇਚ ਕੇ ਭੇਜਤਾ ਉਹ ਟੈਕਸ਼ਨ 'ਚ ਆ ਗਿਆ ਉਸ ਤੋਂ ਬਾਅਦ ਵੀ ਮੈਂ ਨਾ ਤਾਂ ਉਦੋਂ ਘਰ ਹੀ ਬਣਿਆ ਨਾ ਉਦੋਂ ਕੋਈ ਹੋਰ ਕੁਛ ਬਣਿਆ ਮੈਂ ਉਹ ਹੁਣ ਟੈਕਸ਼ਨ 'ਚ ਬਹੁਤ ਮੈਂ ਜ਼ੋਰ ਲਾਵਾਂ ਤੂੰ ਵਾਪਸ ਆ ਜਾ ਹੁਣ ਨਾ ਮੇਰੇ ਘਰ ਆ ਨਾ ਮੇਰੇ ਛੱਤ ਆ ਜੀ ਨਾ ਮੇਰੇ ਖਾਣ ਨੂੰ ਕੋਈ ਰੋਟੀ ਆ ਮੈਂ ਤਾਂ ਇੱਕ ਡੰਗ ਰੋਟੀ ਖਾਂਦੇ ਇੱਕ ਰੰਗ ਭੁੱਖੇ ਪੈਂਦੇ ਜੀ ਘਰ ਆਏ ਨੇ ਸਮਾਨ ਬਾਹਰ ਕਰ ਕਰ ਧਰਤਾ ਕਹਿੰਦਾ ਸਮਾਨ ਵੀ ਚੱਕੋ ਆਪਦਾ ਦੂਸਰਾ ਮੁੰਡਾ ਦੀ ਮੇਰਾ ਉਹ ਜਲ ਗਿਆ ਉਹ ਨਹੀਂ ਕਿਸੇ ਕੰਮ ਕਰਦਾ ਮੈਂ ਨਹੀਂ ਹੁਣ ਕਿਸੇ ਕੰਮ ਕਰਦਾ ਰਿਹਾ ਜੀ ਹੁਣ ਤਾਂ ਭੁੱਖੇ ਮਾਰਨ ਵਾਲਾ ਕੰਮ ਆ ਜੀ ਮੈਂ ਸਰਕਾਰ ਮੂਹਰੇ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਵੀ ਕਿਤਾ ਮੇਰੇ ਪੁੱਤਰ ਦੀ ਡੈਡ ਬੋਡੀ ਮੇਰੇ ਪਹੁੰਚ ਜੇ ਮੈਂ ਆਖਰੀ ਜਾਂਦੀ ਵਾਰ ਉਹਦਾ ਮੂੰਹ ਦੇਖ ਲਾਂ ਸੰਸਕਾਰ ਕਰਦਾ ਦੂਸਰੀ ਬੇਨਤੀ ਮੇਰੀ ਵੀ ਇੱਕ ਮੈਨੂੰ ਦੇ ਕੇ ਥੋਂ ਥੋਂ ਦੇ ਕੇ ਮੇਰਾ ਮਕਾਨ ਬਣਾ ਦੇਣ ਨਾਲੇ ਮੈਨੂੰ ਕੋਈ ਮੇਰੀ ਸਹਾਇਤਾ ਕਰਨ ਮੈਂ ਰੋਟੀ ਖਾਂਦਾ ਹੋ ਜਾ ਉਦੋਂ ਬਾਅਦ ਜੀ ਮੈਂ ਫਿਰ ਹੋਰ ਕਾਸੇ ਯੋਗਰਾ ਨਹੀਂ ਗਾ ਬਸ ਮੇਰੀ ਇਹੀ ਅਰਦਾਸ ਹੈ ਸਰਕਾਰ ਮੂਹਰੇ ਭਗਵੰਤ ਮਾਨ ਜੀ ਵੀ ਇਹੀ ਅਰਦਾਸ ਹੈ ਮੇਰੀ ਮੇਰੇ ਬੱਚੇ ਦੀ ਡੈਡ ਬੋਡੀ ਉਰੇ ਜ਼ਰੂਰ ਪਹੁੰਚਾ ਦਿਉ ਨਾ ਹੀ ਮੈਨੂੰ ਤੁਸੀਂ ਥੋਂ ਮਕਾਨ ਬਣਾ ਕੇ ਦੇ ਦਿਉ ਨਾ ਹੀ ਮੈਨੂੰ ਸਹਾਇਤਾ ਕਰੋ ਮੇਰੀ ਮੇਰਾ ਤਾਂ ਕੋਈ ਨਹੀਂ ਕਮਾਉਣਾ ਬਸ ਮੈਂ ਤਾਂ ਬੇਸਹਾਰਾ ਹੋ ਗਿਆ ਜਮਾਂ ਹੁਣ ਇਸੇ ਬੇਸ਼ਰਮੀ ਦੇ ਮਾਰੇ ਨੇ ਉਹਨੇ ਆਪਦਾ ਉਹ ਕਰਿਆ ਗਾ ਪਤਾ ਨਹੀਂ ਮੈਨੂੰ ਤਾਂ ਐਂ ਵੀ ਕਿਸੇ ਨੇ ਕਰਿਆ ਕਿ ਉਹਨੇ ਆਪ ਕਰਿਆ ਕੋਈ ਗੱਲ ਦਾ ਹਲੇ ਪਤਾ ਨਹੀਂ ਲੱਗਾ ਸਰਕਾਰ ਕਹਿੰਦੀ ਵੀ ਹਲੇ ਦੱਸਾਂਗੇ ਤੁਹਾਨੂੰ ਉਹ ਕਰਕੇ ਕੋਈ ਹਲੇ ਪਤਾ ਨਹੀਂ ਲੱਗਿਆ ਮੈਂ ਇਸ ਲਈ ਮਤਲਬ ਵੀ ਗਿਆ ਤੀ ਕੋਈ ਰਾਹ ਨਹੀਂ ਪਈ ਗੱਲ ਮੇਰੀ ਉਰੇ ਹੁਣ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਕਹਿ ਰਹੇ ਨੇ ਵੀ ਭਾਈ ਅਸੀਂ ਚੱਲਾਂਗੇ ਤੇਰੇ ਨਾਲ ਪਰ ਹੁਣ ਮੈਂ ਜਮੀ ਬੇਆਸਾ ਮਕਾਈ ਖੜਾ ਜੀ ਮੈਂ ਤਾਂ ਹੁਣ ਕੰਮ ਯੋਗ ਕਰਾਂ ਮੈਂ ਤਾਂ ਤੁਰ ਨਹੀਂ ਸਕਦਾ ਕਹਿੰਦੇ ਰੋਟੀ ਨਹੀਂ ਡੁੱਕ ਨਹੀਂ ਖਾਂਦਾ ਕੋਈ ਸਾਡਾ ਗਵਾਂਢੀ ਰੋਟੀ ਦਿੰਦੇ ਨੇ ਸਾਨੂੰ ਤਾਂ ਉਹ ਵੀ ਪਕਵਾ ਕੇ ਤਾਂ ਕਰਕੇ ਸਾਨੂੰ ਸਾਂਭਦੇ ਗਵਾਂਢੀ ਨੇ ਮੇਰੇ ਹੱਥ ਬੰਨ ਕੇ ਇਹੀ ਬੇਨਤੀ ਹੈ ਜੀ ਵੀ ਮੇਰੀ ਮਦਦ ਕਰੇ ਸਰਕਾਰ ਹੁਣ ਤੱਕ ਕੋਈ ਆਇਆ ਨਹੀਂ ਪਹੁੰਚਿਆ ਨਹੀਂ ਅੱਜ ਤੱਕ ਨਾ ਜੀ ਕੋਈ ਨਹੀਂ ਹਲੇ ਕਿਸੇ ਨੇ ਨਹੀਂ ਕੁਛ ਕਰਿਆ ਉੱਥੋਂ ਮੈਂ ਆਈਸਕ੍ਰੀਮ ਲਵੇਗਾ ਤੀ ਉਹਨੇ ਵੀ ਨਹੀਂ ਕੋਈ ਮੈਨੂੰ ਸਹਾਰਾ ਦਿੱਤਾ ਬਾਬੂ ਜੀ ਲਵੇਗਾ ਇੱਥੇ ਗਿਆ ਉਹਨੇ ਕੋਈ ਮੈਨੂੰ ਹਲੇ ਉਹ ਨਹੀਂ ਕਰਿਆ ਜਾਂ ਉਹ ਹਿੱਕ ਠੋਰ ਕੇ ਕਹਿੰਦਾ ਵੀ ਹਾਂ ਮੰਗਾ ਦੂੰਗਾ ਮੈਂ ਅਮਨ ਲਵੇ ਉਹਨੇ ਵੀ ਨਹੀਂ ਉੱਥੋਂ ਵੀ ਨਹੀਂ ਕੋਈ ਰਾਹ ਪਈ ਗੱਲ ਵੀ ਮੇਰੀ ਸਰਕਾਰ ਮਦਦ ਕਰੇ ਵੀ ਮੈਨੂੰ ਸਹਾਰਾ ਬਣੇ ਮੇਰਾ ਤਾਂ ਮੇਰੀ ਮਦਦ ਕਰਕੇ ਤਾਂ ਮੈਨੂੰ ਮਾੜਾ ਮੋਟਾ